ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਆਪਾਂ ਆਏ ਹੋਏ ਹਾਂ ਬੱਬੇ ਪਿੰਡ ਥਾਬੜਾਂ ਅਤੇ ਲਵਲੀ ਨੇ ਟਰੈਕਟਰ ਰੈਡੀ ਕੀਤਾ। ਕਦੋਂ ਦਾ ਫੋਨ ਕਰਦਾ ਸੀ ਕਹਿੰਦਾ ਆ ਕੇ ਜਾਈ ਆ ਕੇ ਜਾਈ। ਆਪਾਂ ਟਰੈਕਟਰ ਦੀ ਜਿਹੜੀ ਉਹ ਡਿਲੀਵਰੀ ਦੇਣੀ ਹੈ। ਸੋ ਅਰਜਨ ਟਰੈਕਟਰ ਤਿਆਰ ਕਰਿਆ ਅੱਜ ਇਹਨੇ ਇੱਕ ਆਹ ਵੀ, ਇਹ ਤੋਂ ਬਾਅਦ ਅਰਜਨ ਇਹਨਾਂ ਨੇ ਰੈਡੀ ਕਰਨਾ 655 CRV ਆਈ ਲਾ ਉਗੇ ਉੱਥੇ ਬੈਕ ਕਰਕੇ ਲਾ ਇਹਨੂੰ ਟਰੈਕਟਰ ਨੂੰ, ਫਿਰ ਬਣਾਈਏ ਇਹਦੀ ਵੀਡੀਓ। ਆਹ ਦੇਖੋ ਲਵਲੀ, ਲਵਲੀ ਕਹਿੰਦਾ ਬਣਾਉਣੀ ਬਣਾਉਣੀ ਆ ਵੀਡੀਓ ਜੋ ਮਰਜ਼ੀ ਹੋ ਜਾਵੇ। ਅਤੇ ਅਜੇ ਸਟਿੱਕਰ ਲਾ ਰਹੇ ਨੇ ਬੰਦੇ, ਮੈਂ ਕਰਦਾ ਤੈਨੂੰ 5 ਮਿੰਟ ਦਾ ਕਰਦਾ। ਅਮਰੀਕਾ ਦਾ ਝੰਡਾ ਲਾ ਰਹੇ। ਹੋਰ ਵੀ ਮੁੰਡਿਆ ਕਿਆ ਹਾਲ ਆ, ਵਧੀਆ ਐਨ? ਅਤੇ ਅਜੇ ਇਹਨੂੰ ਵੀ ਲਾਉਣਾ ਕੈਬਨ, ਅਤੇ ਜਾਉਂਡੀਅਰ ਆਇਆ ਹੋਇਆ 50-75 ਇੰਚ, ਇਹਨੂੰ ਲੱਗ ਰਿਹਾ ਪ੍ਰੋਸੈਸ 'ਚ। ਹੋਰ ਥੋਂ ਲਾ ਲਓ ਇਹਨੂੰ ਕਿਤੇ, ਹੋਰ ਥੋਂ ਲਾ ਲਓ। ਹੁਣ ਸੈਂਟਰ ਕੱਢਿਆ ਹੋਇਆ ਇਹਦਾ, ਮੈਂ ਸੈਂਟਰ ਹਿੱਲ ਜਾਣਾ। ਇੱਥੇ ਲਾ ਲਾ, ਇੱਥੇ ਲਾ ਲਾ। ਹਾਂ ਨੇਮ ਨਹੀਂ ਨਹੀਂ ਇਹਦਾ ਨਾਲ ਸੈਂਟਰ ਨਿਕਲੂਗਾ ਉਹਦਾ। ਇਹਦੇ ਨਾਲ ਇਹ ਕਿਹਾ ਤਾ ਉਹਨੂੰ ਮੈਂ ਵੀ ਝੰਡਾ ਇੱਕ ਉਹਨੇ ਕਿਹੜਾ ਸੋਨੇ ਆ। ਇੱਥੇ ਲਾ ਲਓ, ਇੱਥੇ ਲਾ ਲਓ, ਇੱਥੇ ਸੋਹਣਾ ਲੱਗੂ ਨਾਲੇ ਖਾਲੀ ਆ। ਉੱਪਰ ਲਾ ਦੀ ਨਹੀਂ, ਉੱਪਰ ਲਾ ਦੋ, ਇੱਥੇ ਲਾ ਦੇ। ਇਹਨੂੰ ਪੁੱਛ ਲਓ ਕਿੱਥੇ ਲਾ ਦੋ। ਨੇਤਰੀ ਸਾਹਿਬ ਦੱਸੋ ਕਿੱਥੇ ਲਾਈਏ। ਉਰੇ ਜਾਜੂਗਾ ਝੰਡਾ ਨਾਲ ਨਾਲੇ। ਯਾਰ ਤੂੰ ਉਰੇ ਲਾ, ਤੂੰ ਬਾਅਦ ਚੋਂ ਫਿਰ ਦੇਖੀ ਜਾਊਗੀ ਕੀ ਕਰਨਾ। ਤੂੰ ਉਰੇ ਲਾ ਦੇ ਸੈਂਟਰ ਕੱਢ ਇਹਦਾ, ਸੈਂਟਰ ਦੇਖੋ, ਸੈਂਟਰ ਦੇਖ ਲਓ ਬਸ ਮਾੜਾ ਜਿਹਾ। ਪੱਕਾ ਉਰੇ ਲਾ ਦਈਏ ਬਾਈ, ਲਾ ਦੇ, ਸੋਹਣਾ ਲੱਗ ਰਿਹਾ ਲੋਕ ਕਰਦੇ। ਉਹ ਸੋਹਣਾ ਲੱਗੂਗਾ ਯਾਰ, ਜਾਂ ਮੈਂ ਕਹਿਤਾ ਹਾਂ। ਜੇ ਤੁਸੀਂ ਮਨਕੀਰਤ ਰੰਧਾਵਾ ਵੀ ਉਰੇ ਲਿਖਦੇ ਬਹੁਤ ਜਚਣਾ ਸੀਗਾ, ਕਿਉਂਕਿ ਉਹ ਖਾਲੀ ਜੀ ਚੀਜ਼ ਆ। ਜਾਂ ਇੱਥੇ ਨੰਬਰ ਲਿਖਾ ਲਿਓ ਬਾਅਦ 'ਚ ਟਰੈਕਟਰ ਦਾ। ਟਰੈਕਟਰ ਜਾਣਾ ਕਿੱਥੇ ਆ, ਇਹ ਕਿਹੜੇ ਪਿੰਡ ਜਾਣਾ, ਚਲਾਕੀ ਪਿੰਡ ਜਾਣਾ। ਓਕੇ ਓਕੇ, ਲਓ ਜੀ ਹਾਂ। ਉਹ ਕਿੰਨਾ ਜਚਣ ਲੱਗ ਗਿਆ ਵੀਡੀਓ ਦੇਖ, ਕਿੰਨਾ ਸੋਹਣਾ ਲੱਗ ਰਿਹਾ। ਕੱਲਾ ਉਹੀ ਝੰਡਾ ਹੀ ਦਿਖ ਰਿਹਾ, ਪੂਰਾ ਵਧੀਆ ਲੱਗ ਰਿਹਾ। ਆ ਜਾਓ ਫਿਰ, ਲਿਆਓ ਟਰੈਕਟਰ ਉੱਥੇ, ਲਿਆਓ ਉੱਥੇ ਬੈਕ ਕਰਕੇ ਲਾ ਲਓ ਉਰੇ, ਵਧੀਆ ਵੀਡੀਓ ਬਣ ਜੂਗੀ ਪੂਰੀ। ਮੈਂ ਕਿਹਾ ਵੀ ਚਾਬੀ ਦੇ, ਚਾਬੀ ਦੇ ਕੇ ਵੀਡੀਓ ਬਣਾਉਣੀ। ਕਹਿੰਦਾ ਖੜ ਇੱਕ ਮਿੰਟ, ਤੈਨੂੰ ਹੁਣੀ ਚਾਬੀ ਬਣਾ ਕੇ ਦਿਖਾ ਦੇਣਾ। ਬੰਦੇ ਦਾ ਹੁਣ ਟੈਲੈਂਟ ਦੇਖਿਓ, ਕਹਿੰਦਾ ਮੈਂ ਤੁਹਾਨੂੰ ਚਾਬੀ ਬਣਾ ਕੇ ਦਿਖਾਉਣਾ। ਲਓ ਜੀ, ਇਹ ਗੱਤੇ ਦੀ ਲੋੜ ਤਾਂ ਨਹੀਂ ਹੈਗੀ ਕਿਤੇ, ਲੋੜ ਵੀ ਹੋਵੇ ਪਹਿਲਾਂ ਚਾਬੀ ਦੀ ਲੋੜ ਆਪਾਂ। ਚਾਬੀ ਜ਼ਰੂਰੀ ਹੈ ਇਸ ਟਾਈਮ, ਜਿਹੜਾ ਮੇਨ ਮੁੱਦਾ ਇਸ ਟਾਈਮ ਚਾਬੀ ਚਾਹੀਦੀ ਹੈ, ਚਾਬੀ ਨਹੀਂ ਹੈਗੀ। ਇਹਦੇ ਪਰ ਲਿਖਦੀ ਜ਼ਿਮੀਦਾਰਾ ਏਸੀ ਕੈਬਨ ਵਰਕਰਸ। ਕਿਵੇਂ ਬਣਾਉਂਗਾ ਹੁਣ ਗਰੰਟਰ ਲਾ ਓਏ, ਹੈਂ ਸੁੱਕੀ ਗਰੰਟਰ ਦੇ ਹਰਿਆਣਾ ਲੈ ਰਹੇ। ਚਾਬੀ ਵੀ ਤਿਆਰ ਕਰਤੀ ਮੌਕੇ ਤੇ, ਦੋਵੇਂ ਪਾਸੇ ਹੋ ਗਿਆ ਰੰਗ ਇਹਨੂੰ, ਇੱਕ ਸਾਈਡ ਮਾਰ ਦਿੰਦੇ ਆ ਬਸ, ਫਿਰ ਬਸ ਠੀਕ ਆ, ਫੜਨ ਜੋਗੀ ਹੋ ਜੂਗਾ, ਬਸ ਠੀਕ ਆ, ਠੀਕ ਆ, ਠੀਕ ਆ। ਚਲੋ ਵਧੀਆ, ਐਨ ਵਧੀਆ ਹੋ ਗਿਆ। ਪਿੱਛੇ ਉਹ ਬਲੈਕ ਕਰੂੰਗੇ, ਪਿੱਛੇ ਵਾਲਾ ਬਲੈਕ ਕਰ, ਉਹ ਬਲੈਕ ਕਰ ਦੇਣਾ ਹੈ। ਚਲੋ ਚਾਬੀ ਵੀ ਰੈਡੀ ਹੋ ਗਈ, ਸੋ ਆ ਜਾਓ ਬਾਬਿਓ, ਆਇਆ ਲਵਲੀ ਬਾਈ, ਫਿਰ ਬਣਾਈਏ ਟਰੈਕਟਰ ਦੀ ਵੀਡੀਓ। ਪਹਿਲਾਂ ਤਾਂ ਅੰਦਰੋਂ ਦਿਖਾ ਦਈਏ ਨਾ ਸਾਰਿਆਂ ਨੂੰ, ਹਾਂਜੀ ਹਾਂ, ਕਿਆ ਕਿਆ ਫਰਕ ਪਾਇਆ ਹੋਰਾਂ ਨਾਲੋਂ ਦੱਸ ਪਹਿਲਾਂ ਦਾ। ਹੋਰਾਂ ਨਾਲੋਂ ਫਰਕ ਯਾਰ, ਪਾਇਦਾਨ ਉੱਚੇ ਚੱਕੇ ਇਹਦੇ ਆਪਾਂ ਨੇ। ਠੀਕ ਹੈ, ਠੀਕ ਹੈ, ਜਿਵੇਂ ਪੱਧਰ ਪੱਧਰ ਪਲੈਟਫਾਰਮ ਕਰਿਆ ਦਾ, ਜਿਵੇਂ ਅੱਜ ਕੱਲ੍ਹ ਟ੍ਰੈਂਡ ਚੱਲਦਾ ਵੀ ਜਿਵੇਂ ਨੋਵੋ ਟਰੈਕਟਰ ਦੇ ਪਿੱਛੋਂ ਕੰਪਨੀ 'ਚੋਂ ਹੀ ਆਉਂਦਾ ਪੱਧਰ ਪਲੈਟ। ਜੇ ਕਿਸੇ ਹੋਰ ਨੇ ਕਰਾਉਣਾ ਹੋਵੇ ਪੱਧਰ ਪਲੈਟਫਾਰਮ, ਮਤਲਬ ਕੈਬਨ ਨਹੀਂ ਕਰਾਉਣਾ, ਕੱਲਾ ਸੇਵਾ ਵੀ ਕਰ ਦੂੰਗੇ ਆਪਾਂ, ਵੀ ਕਦੋਂ ਕੱਲਾ ਪੱਧਰ ਪੱਧਰ ਕਿੰਨੇ ਦਿਨ 'ਚ ਹੋ ਜਾਂਦਾ ਪੱਧਰ ਪਲੈਟਫਾਰਮ? ਚਲੋ ਉਹ ਹੀ ਆਪਣਾ 4-5 ਦਿਨ 'ਚ ਮੇਰੇ ਵਾਲਾ ਫਾਰਮ ਟਰੈਕ 60 ਕਰ ਦੂੰਗਾ, ਕਰ ਦੂੰਗਾ, ਕਰ ਦੂੰਗਾ ਪੱਕਾ। ਚਲ ਬਾ ਠੀਕ ਆ। ਤੇ ਦੋ ਜੀ, ਸਭ ਤੋਂ ਪਹਿਲਾਂ ਤਾਂ ਇਹ ਪਲੈਟਫਾਰਮ ਇਹਨਾਂ ਨੇ ਪੱਧਰ ਕਰਿਆ ਜਿਵੇਂ ਅੱਜ ਕੱਲ ਟਰੈਕਟਰਾਂ ਦਾ ਟ੍ਰੈਂਡ ਚੱਲ ਰਿਹਾ। ਸੋ ਉਸ ਤੋਂ ਬਾਅਦ ਫਿਰ ਇਹਦੇ ਜਿਹੜੇ ਬਲੋਰ ਨੇ ਉਹ ਸਾਹਮਣੇ ਲਾਏ ਨੇ, ਛੱਤ ਤੇ ਨਹੀਂ ਲਾਏ ਹੈਗੇ। ਤੇ ਹੋਰ ਇਹਦੇ ਵਿੱਚ ਆਪਣਾ 뮤직 ਸਿਸਟਮ ਹੋ ਗਿਆ ਹਨਾ, ਜਿਵੇਂ ਪਹਿਲਾਂ ਦੀ ਤਰ੍ਹਾਂ ਦੇ ਆਪਣਾ ਕੰਪਨੀ ਜੋ ਵੀ ਚੱਲਦਾ ਇਹਦਾ ਸਿਸਟਮ। ਸੋ ਆਰੇ ਸਾਰੇ ਕੰਟਰੋਲ ਹੋ ਗਏ, ਸੁੱਚਾਂ ਹੋ ਗਈਆਂ, ਫਾਇਰ ਵਾਲਾ ਹੋ ਗਿਆ ਸਿਸਟਮ, ਤੇ ਲਾਈਟ ਹੋ ਗਈ ਹਨਾ। ਦੇਖ ਲਓ ਇਹ ਪਹਿਲਾਂ ਸਾਰਾ ਸਮਾਨ ਇਹਨੂੰ ਲਿਆ ਕੇ ਦਿੱਤਾ, ਤੇ ਉਹ ਤੋਂ ਬਾਅਦ ਉਵੇਂ ਲਾਉਣ ਲੱਗ ਗਿਆ ਵਾਲੀ ਜਿਹੜੀ ਨਿਓਨ ਲਾਈਟ ਲਿਆ ਕੇ ਦਿੱਤੀ ਸੀ, ਉਵੇਂ ਸਭ ਸਾਰੇ ਨੂੰ ਲਾਈ। ਉਹ ਤੋਂ ਬਾਅਦ ਪੱਕਾ ਹੀ ਕਰਤਾ। ਹਾਂ ਦੇਖੋ ਨਿਓਨ ਲਾਈਟ ਕਿੰਨੀ ਸੋਹਣੀ ਲੱਗਦੀ, ਰਾਤ ਨੂੰ ਬਹੁਤ ਸੋਹਣੀ ਲੱਗਦੀ ਆ ਇਹ। ਸੋ ਇਹ ਕਿੱਥੋਂ ਲਿਆਉਂਦੇ ਹੁਣ ਨਿਓਨ ਲਾਈਟ ਤੁਸੀਂ? ਸਰਹੰਦ ਤੇ ਲੈਂਦੇ ਹਨਾ। ਸੋ ਆਹ ਜਿਹੜੇ ਆਪਣੇ ਇਹ ਹੁੰਦੇ ਨੇ ਸਵਿਫਟ ਗੱਡੀ ਦੇ ਵਿੱਚ ਪੁਰਾਣੇ ਮਾਡਲ ਵਾਲੀ 'ਚ ਯੂਜ਼ ਹੁੰਦੇ ਨੇ, ਉਹ ਵਾਲੇ ਕਵਰ ਜੇ ਨੇ। ਸੋ ਇਹਦੇ ਵਿੱਚ ਜਿਹੜਾ ਤੂੰ ਉਹ ਕੰਡੈਂਸਰ ਕਿਹੜੀ ਆਪਣਾ ਯੂਜ਼ ਕਰਿਆ ਬਾਬੇ? ਨਹੀਂ ਨਹੀਂ ਕੰਪਰੈਸਰ ਸੈਂਡਨ ਦਾ ਯੂਜ਼ ਕਰਿਆ, ਤੇ ਆਪਣਾ ਜਿਹੜਾ ਉਰੇ ਕੰਡੈਂਸਰ
ਬਲੌਰ ਹਾਂ ਬਲੌਰ ਵੀ ਇਹਦਾ ਹੀ ਆ ਬਲੌਰ ਵੀ ਬਲੌਰ ਹੋ ਗਈ ਤਿੰਨ ਸਵਿਫਟ ਗੱਡੀ ਦਾ ਸਵਿਫਟ ਗੱਡੀ ਦੇ ਵਿੱਚ ਆਉਂਦਾ ਠੀਕ ਆ ਠੀਕ ਆ ਤੇ ਉਸ ਤੋਂ ਬਾਅਦ ਮਿਊਜ਼ਿਕ ਸਿਸਟਮ ਬਾਈ ਇਹ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਜਿਹੜਾ ਲਵਾਉਣਾ ਉਹ ਲਵਾ ਸਕਦੇ ਹੋ ਜੋ ਵੀ ਤੁਸੀਂ ਸਮਾਨ ਆਪ ਦੇ ਕੇ ਜਾਣਾ ਆਪ ਦੇ ਬਾਕੀ ਜੋ ਇਹਨਾਂ ਦਾ ਵਿੱਚ ਹੁੰਦਾ ਉਹ ਤਾਂ ਇਹਨਾਂ ਨੇ ਲਾਏ ਦੇਣਾ ਠੀਕ ਨੀ ਜੀ ਉਸ ਤੋਂ ਬਾਅਦ ਸੋ ਜੈਕ ਆ ਗਏ ਸਾਰਾ ਪਿੱਛੇ ਤੋਂ ਖੁੱਲਦੀ ਹੈ ਜਿਵੇਂ ਆਪਾਂ ਕੋਈ ਵੀ ਸੰਦ ਆਪਾਂ ਪਾਉਣਾ ਟਰਾਲੀ ਸੁਹਾਗਾ ਹਾਲ ਜੋ ਵੀ ਇੱਥੇ ਖੋਲ੍ਹ ਕੇ ਆਪਾਂ ਗੱਲਬਾਤ ਕਰ ਸਕਦੇ ਹਾਂ ਸੋ ਬਾਈ ਉਹਨਾਂ ਦੀ ਜਿਹੜੀ ਚੁਆਇਸ ਸੀਗੀ ਵੀ ਇੱਕ ਟਾਕੀ ਆਪਾਂ ਖੁੱਲ੍ਹਦੀ ਕਰਨੀ ਆ ਇਹ ਸੋ ਇਹਨਾਂ ਨੇ ਇੱਕ ਟਾਕੀ ਖੁੱਲ੍ਹਦੀ ਕਰਾਈ ਹੈ ਜੇ ਤੁਸੀਂ ਪੂਰੀ ਟਾਕੀ ਖੁੱਲ੍ਹਦੀ ਕਰਾਉਣੀ ਆ ਪੂਰੀ ਵੀ ਹੋ ਜੂ ਜੇ ਸਿੰਗਲ ਕਰਾਉਣੀ ਆ ਸਿੰਗਲ ਵੀ ਹੋ ਜੂ ਇਹ ਬੰਦੇ ਦੀ ਆਪਦੀ ਜਿਵੇਂ ਕਸਟਮਰ ਦੀ ਆਪਦੀ ਚੁਆਇਸ ਹੁੰਦੀ ਹੈ ਵੀ ਹਾਂ ਤੁਸੀਂ ਕਿਵੇਂ ਦਾ ਤੁਹਾਨੂੰ ਸਹੀ ਰਹੂਗਾ ਟਰੈਕਟਰ ਅਤੇ ਉਸ ਤੋਂ ਬਾਅਦ ਮੇਨ ਤਾਂ ਜਿਹੜਾ ਪਲੇਟਫਾਰਮ ਪੱਧਰ ਕਰਿਆ ਬਾਕੀ ਇਹ ਟਰੈਕਟਰ ਵੀ ਕਾਫੀ ਪੁਰਾਣਾ 7 ਮਾਡਲ ਟਰੈਕਟਰ ਆਪਾਂ ਗੱਲਬਾਤ ਵੀ ਕਰ ਲਾਂਗੇ ਬਾਈ ਉਹਨਾਂ ਨਾਲ ਅਤੇ ਅਜੇ ਥੋੜ੍ਹਾ ਜਿਹਾ ਕੰਮ ਰਹਿੰਦਾ ਵੀ ਹੈ ਤਾਂ ਹੌਲੀ ਹੌਲੀ ਮਤਲਬ ਕਿ ਚੱਲ ਰਿਹਾ ਮਾੜਾ ਮੋਟਾ ਟੱਚਿੰਗ ਫਚਿੰਗ ਹੀ ਰਹਿ ਰਹੀ ਹੈ ਨਾ ਅਤੇ ਇਹਦਾ ਖੋਲੀ ਬਾਬੇ ਸ਼ੋਅ ਖੋਲੀ ਅੱਛਾ ਜੀ ਸੋ ਇਹਦਾ ਆਹ ਕੰਪਰੈਸਰ ਆ ਜਿਹੜਾ ਲਾਤਾ ਠੀਕ ਹੈ ਬਾਈਆਂ ਨੇ ਆਪਣਾ ਹੀ ਲਵਾਇਆ ਅੱਛਾ ਇਹਨਾਂ ਕੋਲ ਕੋਈ ਪਹਿਲਾਂ ਆਪਣਾ ਆਪਾਂ ਸੈਂਟਰ ਕੰਪਨੀ ਦਾ ਲਾਇਆ ਇਹ ਬਾਈ ਉਹਨਾਂ ਕੋਲ ਜਿਹੜਾ ਕੰਪਰੈਸਰ ਮਤਲਬ ਪਹਿਲਾਂ ਪਿਆ ਹੋਣਾ ਉਹ ਤਾਂ ਬੰਦੇ ਦੀ ਆਪ ਜੋ ਤੂੰ ਤੈਨੂੰ ਸਮਾਨ ਫੜਾ ਕੇ ਤੈਂ ਲਾ ਦੇਣਾ ਜੇ ਇਹਨਾਂ ਕੋਲ ਨਹੀਂ ਸਮਾਨ ਹੈਗਾ ਤੂੰ ਇਹਨਾਂ ਨੂੰ ਪਰਚੀ ਵੀ ਆਹ ਸਮਾਨ ਅਸੀਂ ਲਾਉਣੇ ਆ ਤਾਂ ਬੰਦੇ ਦੀ ਆਪ ਦੀ ਚੁਆਇਸ ਆ ਜੇ ਕਿਸੇ ਕੋਲ ਕਈ ਵਾਰ ਵਧੀਆ ਗੱਡੀ ਜਿਵੇਂ ਟਰੱਕਾਂ ਦਾ ਪਿਆ ਹੁੰਦਾ ਕਿਸੇ ਦਾ ਕੰਪਰੈਸਰ ਵਧੀਆ ਪਿਆ ਹੁੰਦਾ ਸੋ ਤੁਸੀਂ ਆਪਣਾ ਵੀ ਦੇ ਸਕਦੇ ਹੋ ਜੇ ਉਹ ਲਵਾਉਣਾ ਸੋ ਬਾਕੀ ਇਹਦਾ ਸਰਾਂਸਰ ਵੀ ਪੇਂਟ ਕਰਿਆ ਹੈ ਇਹ ਟਰੈਕਟਰ ਮਤਲਬ ਕਿ ਮੇਨ ਮੋਡੀਫਾਈ ਹੋਇਆ ਤੁਹਾਨੂੰ ਸਹੀ ਦੱਸ ਕਿੰਨੇ ਬਾਈ ਉਹਨਾਂ ਨੂੰ ਬਾਕੀ ਗੱਲ ਹੈ ਕਿੰਨਾ ਮਾਡਲ ਟਰੈਕਟਰ ਜੀ ਇਹ 7 ਮਾਡਲ ਹੋਇਆ ਬੈਟਰ ਇਹ ਤਿਆਰ ਹੋਇਆ ਟਰੈਕਟਰ ਅੱਛਾ ਤਿਆਰ ਹੋਇਆ ਵਾ ਠੀਕ ਹੈ ਮਤਲਬ ਕਿ ਪੇਂਟ ਹੋਇਆ ਹੋਇਆ ਸੋ ਬਾਈ ਮੈਂ ਇੱਕ ਗੱਲ ਕਰਦਾ ਚਲੋ ਮੈਂ ਕਿਸੇ ਦੀ ਬੜਾਈ ਨਹੀਂ ਕਰਦਾ ਸ਼ੋਅ ਦੇ ਨਾਲੋਂ ਇਹਦਾ ਕੈਬਨ ਦੀ ਛੱਤ ਦਾ ਪੇਂਟ ਬਹੁਤ ਸੋਹਣਾ ਕੁਆਲਿਟੀ ਕੱਢੀ ਕਿਹਨੇ ਕੱਢੀ ਹੈ ਬਾਬੇ ਠੀਕ ਹੈ ਠੀਕ ਹੈ ਠੀਕ ਹੈ ਸੋ ਹੁਣ ਹੋਰ ਇਹ ਤੋਂ ਬਾਅਦ ਕਿਹੜੇ ਕਿਹੜੇ ਟਰੈਕਟਰਾਂ ਦੇ ਜਿਹੜੇ ਤੂੰ ਹੁਣ ਕਰੂੰਗਾ ਤਿਆਰ ਰੈਡੀ ਕਰਿਆ ਸਵਰਾਜ ਹੋ ਗਿਆ ਇੱਕ ਹੈ ਨਾ ਤੇਰਾ ਮੇਨ ਤਾਂ ਜ਼ਿਆਦਾ ਜੌਂਡੀਅਰ ਬਾਬੇ ਜੌਂਡੀਅਰ ਦਾ ਤੋੜ ਨਹੀਂ ਹੈਗਾ ਜੌਂਡੀਅਰ ਸਭ ਤੋਂ ਜ਼ਿਆਦਾ ਨਾ ਨਾ ਉਹ ਤਾਂ ਇਹਨਾਂ ਨੇ ਸੱਚ ਅੱਜ ਦੀ ਮੌਕੇ ਤੇ ਤਿਆਰ ਕਰ ਦੇਣਾ ਚਾਹੇ 735 ਲਈ 60 ਲਈ ਜਿਹੜਾ ਮਰਜ਼ੀ ਲਿਆਈ ਉਹਦੇ ਤੇ ਹੀ ਲਾ ਦੇਣਗੇ ਤੇ ਬਾਕੀ ਟਰੈਕਟਰ ਪੂਰਾ ਸੋਹਣਾ ਲੱਗਿਆ ਕਰ ਬੰਪਰ ਦੀ ਕਮੀ ਥੋੜੀ ਜਿਹੀ ਮਹਿਸੂਸ ਹੋ ਰਹੀ ਹੈ ਟਰੈਕਟਰ ਦੇ ਉੱਪਰ ਹਾਂ ਬੰਪਰ ਕਦ ਤੱਕ ਤਿਆਰ ਕਰ ਮਾੜਾ ਜਿਹਾ ਟਾਈਮ ਘੱਟ ਦਾ ਹਫਤੇ 'ਚ ਬੰਦੇ ਨੂੰ ਲਾ ਕੇ ਦਿੰਦੇ ਅੱਛਾ ਅੱਛਾ ਹਫਤੇ ਤੱਕ ਬੰਪਰ ਟਰੈਕਟਰ ਕੱਢ ਕੇ ਫੇਰ ਲਾ ਕੇ ਦਿੰਦੇ ਠੀਕ ਹੈ ਠੀਕ ਹੈ ਠੀਕ ਹੈ ਇਹਦਾ ਜਿਹੜਾ ਬੈਂਟਰੀ ਬਾਕਸ ਆ ਥੱਲੇ ਲੱਗ ਗਿਆ ਹੈ ਨਾ ਸੋ ਇਹਦਾ ਪਲੇਟਫਾਰਮ ਪੱਧਰ ਹੋ ਗਿਆ ਸੋ ਲਓ ਬਈ ਦੇਖ ਲਓ ਬਾਕੀ ਓਕੇ ਰਿਪੋਰਟ ਆ ਤੁਹਾਨੂੰ ਪਤਾ ਹੀ ਹੈ ਬਾਕੀ ਕੱਪੜੇ ਦਾ ਜਿਹੜਾ ਚੁਆਇਸ ਹੁੰਦੀ ਹੈ ਬੰਦੇ ਦੀ ਆਪ ਦੀ ਜਿਹੜਾ ਮਰਜ਼ੀ ਲਗਵਾ ਸਕਦਾ ਇਹ ਮੇਰੇ ਵਾਲੇ ਨਾਲ ਦਾ ਹੀ ਆ ਗਿਆ ਕਲਰ ਹੈ ਨਾ ਇਹ ਜਿਹੜਾ ਮਰਜ਼ੀ ਤੁਸੀਂ ਕਲਰ ਕਹਿ ਸਕਦੇ ਹੋ ਉਹੀ ਕਲਰ ਲੱਗ ਸਕਦਾ ਮੈਲ ਖੋਰਾ ਕਰੀਮ ਕੋਈ ਵੀ ਜਿਹੜੀ ਤੁਹਾਡੀ ਚੁਆਇਸ ਆ ਉਹੀ ਲੱਗ ਸਕਦੀ ਹੈ ਨਾ ਸੋ ਉਸ ਤੋਂ ਬਾਅਦ ਹੁਣ ਕੂਲਿੰਗ ਕਾਲਿੰਗ ਬਾਈ ਨਾਲ ਬਾਈ ਕੂਲਿੰਗ ਕਾਲਿੰਗ ਕਿਵੇਂ ਆ ਟਰੈਕਟਰ ਦੀ ਕੂਲਿੰਗ ਓਕੇ ਆ ਪੂਰਾ ਚੈੱਕ ਕਰ ਲਿਆ ਤਸੱਲੀ ਕਰ ਲਿਆ ਇਹ ਆਪਣਾ ਚਲਾਕੀ ਪਿੰਡ ਜਾਣਾ ਹੈ ਨਾ ਠੀਕ ਹੈ ਚਲਾਕੀ ਪਿੰਡ ਬਾਬੇ ਉਹ ਟਰੈਕਟਰ ਚੱਲਿਆ ਮਰਿੰਡੇ ਦੇ ਕੋਲ ਪਿੰਡ ਆ ਚਲਾਕੀ ਜਦੋਂ ਆਪਾਂ ਸਰਹੰਦ ਤੋਂ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਹਾਂ ਸੋ ਰੋਡ ਦੇ ਉੱਤੇ ਪਿੰਡ ਹੈ ਜੀ ਚਲਾਕੀ ਪਿੰਡ ਦੇ ਵਿੱਚ ਜਿਹੜਾ ਟਰੈਕਟਰ ਇਹ ਚੱਲਿਆ ਗਾ ਤੇ ਬਾਕੀ ਲਵਲੀ ਨਾਲ ਲਵਲੀ ਕੁਛ ਹੋਰ ਕਿਆ ਕਹਿਣਾ ਚਾਹੁੰਦਾ ਮਾੜਾ ਜਿਹਾ ਦੱਸਤਾ ਦੇ ਵੀ ਹੋਰ ਹੁਣ ਕਿਹੜੇ ਕਿਹੜੇ ਟਰੈਕਟਰਾਂ ਦੇ ਉੱਤੇ ਤੇਰਾ ਕੀ ਹਿਸਾਬ ਤਾਬ ਆ ਸਾਰਾ ਬੰਦਿਆਂ ਨੂੰ ਦੱਸ ਦੇ ਇੱਕ ਵਾਰ ਹੁਣ ਤਾਂ ਸਾਈਆਂ ਤੁਹਾਨੂੰ ਪਤਾ ਹੀ ਆ ਅਪ੍ਰੈਲ ਦੇ ਵਿੱਚ ਆਪਣੀਆਂ ਨਾ ਅਪ੍ਰੈਲ ਤੱਕ ਬੁਕਿੰਗ ਚੱਲ ਰਹੀ ਹੈ ਅਪ੍ਰੈਲ ਤੋਂ ਬੁਕਿੰਗ ਚੱਲ ਰਹੀ ਹੈ ਬਾਕੀ ਸਕਰੀਨ ਦੇ ਉੱਪਰ ਨੰਬਰ ਵੀ ਚੱਲ ਰਿਹਾ ਇਹਨਾਂ ਦਾ ਹਨਾ ਤੇ ਤੁਸੀਂ ਕਾਲ ਕਰਕੇ ਕੋਈ ਵੀ ਜਾਣਕਾਰੀ ਲੈਣੀ ਆ ਪੂਰੀ ਤਸੱਲੀ ਕਰ ਲਓ ਇੱਕ ਤਾਂ ਕੰਬਾਈਨ ਦੇ ਕੰਬਾਈਨ ਉੱਪਰ ਵੀ ਲਾ ਸਕਦੇ ਆ ਜੀਸੀਬੀ ਦੇ ਉੱਤੇ ਹਨਾ ਉਹਦਾ ਚਲ ਕੈਬਨ ਲੱਗਿਆ ਹੁੰਦਾ ਤਾਂ ਕੈਮਰਾ ਕਲਾ ਆਪਣਾ ਏਸੀਓ ਫਿੱਟ ਕਰਨਾ ਹੁੰਦਾ ਹਨਾ ਤੇ ਹੋਰ ਕਿਹੜੇ ਕਿਹੜੇ ਟਰੈਕਟਰ ਕੋਈ ਵੀ ਜਿਹੜਾ ਮਰਜ਼ੀ ਟਰੈਕਟਰ ਆ ਜਾਵੇ ਜਿਹੜਾ ਮਰਜ਼ੀ ਆ ਜਾਵੇ ਕਿਸੇ ਟਰੈਕਟਰ ਉਹਦੇ ਤੇ ਹੀ ਲਾ ਦੂੰਗਾ ਫੋਰਡ 3600 ਆ ਜਾਵੇ ਚਾਹੇ ਫਾਰਮ ਟਰੈਕ ਆ ਜਾਵੇ ਹਨਾ ਯੋ ਆਪਾ ਬਣੇ ਬਸ ਠੀਕ ਹੈ ਨਾ ਬਹੁਤ ਸੋਹਣਾ ਆਪਣਾ ਲੱਗ ਗਿਆ ਕੈਬਨ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਇਹਦੀ ਆਪਣੀ ਲੋਹੇ ਦੀ ਬਾਕੀ ਚੱਲ ਆਪਾਂ ਗੱਲ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਚੰਗਾ ਨਹੀਂ ਕਹਿੰਦੇ ਜਿਵੇਂ ਹੁਣ ਆਪਣੇ ਸਮਾਣੇ ਵਾਲੇ ਵੀਰ ਵੀ ਲਾ ਰਹੇ ਨੇ ਹਨਾ ਸੋ ਉਹਨਾਂ ਦਾ ਥੋੜਾ ਜਿਹਾ ਫਾਈਬਰ ਦਾ ਸਿਸਟਮ ਆ ਜਾਂਦਾ ਹਨਾ ਸੇ ਆਪਣਾ ਤੇਰਾ ਲੋਹੇ ਦਾ ਆਪਣਾ ਵਿਦਰ ਲੋਹੇ ਦਾ ਵੀਰੇ 10 ਜਾਣੇ ਚਾਹੀਦੇ ਉੱਪਰ ਚੜਾ ਕੇ ਜਿੱਕਣਾ ਮਰਜ਼ੀ ਬਿਠਾਲੀ ਰੱਖ ਬੰਦਿਆਂ ਨੂੰ ਆਪਣੀ ਛੱਤ ਨਹੀਂ ਹੁੰਦਾ ਬੋਲ ਅੱਛਾ ਅੱਛਾ ਆਪਾਂ ਕਿਸੇ ਨੂੰ ਉਹ ਨਹੀਂ ਕਰਦੇ ਸੋ ਉਹਨਾਂ ਦਾ ਜਿਵੇਂ ਉਹਨਾਂ ਦਾ ਆਪਣਾ ਹਿਸਾਬ ਤਾਬ ਆ ਇਹਨਾਂ ਦਾ ਆਪਣਾ ਹਿਸਾਬ ਤਾਬ ਆ ਮਤਲਬ ਇਹਨਾਂ ਦਾ ਜਿਹੜਾ ਸੈੱਟ ਆ ਸਾਰਾ ਉਹ ਲੋਹੇ ਫਾਈਬਰ ਦਾ ਨਹੀਂ ਇੱਕ ਵੀ ਮਤਲਬ ਲੋਹੇ ਦਾ ਹੈਗਾ ਬਾਕੀ ਉਹਨਾਂ ਦੀ ਆਪਣੀ ਤਕਨੀਕ ਆ ਇਹਨਾਂ ਦੀ ਆਪਣੀ ਤਕਨੀਕ ਆ ਹਨਾ ਸੋ ਹੁਣ ਕਿਉਂਕਿ ਉਹਨਾਂ ਦਾ ਵੀ ਨਾਮ ਹੁਣ ਮਾਰਕੀਟ ਦੇ ਵਿੱਚ ਪੂਰਾ ਚੱਲਣ ਲੱਗ ਗਿਆ ਜਿਹੜਾ ਕੈਬਨਾਂ ਦੇ ਵਿੱਚ ਸੋ ਬਸ ਠੀਕ ਆ ਸੋ ਪਿੱਛੇ ਮੁਰਗਾ ਵੀ ਉਹ ਕਰ ਰਿਹਾ ਇਹਨੂੰ ਇਗਨੋਰ ਕਰ ਦਿਓ
ਪਤਾ ਨਹੀਂ ਮੁਰਗਾ ਕਿ ਨਹੀਂ ਮੁਰਗੀ ਆ ਇਹ ਨਹੀਂ ਹੁਣ ਮੈਨੂੰ ਪਤਾ। ਸੋ ਸਾਰਾ ਟਰੈਕਟਰ ਬੰਦ ਕਰਿਆ ਹੈ, ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਨਹੀਂ ਆਊਗੀ ਲਿਫਟ ਚੱਕਣੇ ਕੁਛ ਕਰਨਾ, ਕੱਲ੍ਹ ਕੈਬਨ ਰਿਮੂਵ ਵੀ ਕਰਨਾ ਚੱਕਣਾ ਵੀ ਆ, ਸੋ ਕੁਛ ਨਹੀਂ ਹੁੰਦਾ ਇਹਦੇ 'ਤੇ ਲਿਫਟ ਲੱਗ ਜਾਂਦੀ ਹੈ ਸਿੱਧਾ ਉੱਤੇ ਚੱਕ ਹੋ ਜਾਂਦਾ। ਆਹ ਚਾਰ ਨਟ ਨੇ, ਇੱਕ ਦੋ ਅਤੇ ਦੋ ਅੱਗੇ ਨੇ, ਸੋ ਦੋ ਆਹ ਅਤੇ ਇੱਕ ਪਰਲੇ ਪਾਸੇ ਆ, ਠੀਕ ਹੈ ਜੀ। ਸੋ ਇਹ ਚਾਰ ਨਟੇ ਹੁੰਦੇ ਨੇ, ਇਹਨੂੰ ਸਿੱਧਾ ਆਪਾਂ ਰਿਮੂਵ ਕਰ ਸਕਦੇ ਹਾਂ ਕਈ ਵਾਰ, ਜਾਂ ਕੋਈ ਕਲੱਚ ਪਲੇਟ ਹੋ ਜਾਵੇ, ਕੁਛ ਹੋ ਜਾਵੇ, ਕਿਸੇ ਤਰ੍ਹਾਂ ਦਾ ਵੀ ਹੈ ਨਾ ਪ੍ਰੋਬਲਮ ਆ ਜਾਵੇ, ਸੋ ਐਡਾ ਕੋਈ ਮਸਲਾ ਨਹੀਂ ਹੁੰਦਾ ਇਹਦਾ। ਸੋ ਜਿਵੇਂ ਛਤਰੀ ਹੁੰਦੀ ਆ ਉਵੇਂ ਉਵੇਂ ਦਾ ਹੀ ਹਿਸਾਬ ਕਿਤਾਬ ਜਿਹਾ ਹੁੰਦਾ ਇਹਦਾ। ਸੋ ਮਿਹਨਤ ਜ਼ਰੂਰ, ਟਾਈਮ ਜ਼ਰੂਰ ਲੱਗ ਜਾਂਦਾ ਚੱਕਣ ਨੂੰ, ਸੋ ਹੋ ਜਾਂਦਾ ਐਡਾ ਕੋਈ ਹੈ ਨਹੀਂ। ਇਹ ਮੁੰਡਾ ਹੋਰ ਰੱਖ ਲਿਆ ਹੈ, ਸਤਿ ਸ਼੍ਰੀ ਅਕਾਲ ਜੀ। ਉਹ ਪੇਂਟ ਵਾਲਾ ਬੈਠਾ ਕ੍ਰਿਸ਼ਨ, ਪੇਂਟ ਕ੍ਰਿਸ਼ਨ ਨੇ ਕਰਿਆ ਹੈ ਸਾਰਾ, ਕ੍ਰਿਸ਼ਨ ਨੇ ਪੇਂਟ ਕਰਿਆ ਹੋਇਆ। ਚਲੋ ਫਿਰ ਐਂ ਕਰਦੇ, ਇਹਦੇ ਪਰ ਸਟਿੱਕਰ ਲਾ ਦੇ, ਜੇ ਤੇਰੀ ਹੁਣ ਪੱਕੀ ਉਹ ਚਾਬੀ ਬਣਾ ਕੇ ਕਰਤਾ ਤੈਂ। ਚੱਲ ਇਹ ਐਵੇਂ, ਹਾਂ ਉੱਥੇ 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 ਪਿੱਛੇ ਪਿੱਛੇ ਪਿੱਛੇ, ਹਾਂ ਇੱਥੇ ਹੋਰ ਪਿੱਛੇ ਲੈ ਜਾ ਥੋੜ੍ਹਾ ਜਿਹਾ, ਹਾਂ ਉਹਦੇ ਲਾ ਦੇ ਸਟਿੱਕਰ, ਬਸ ਠੀਕ ਲਾ, ਵਧੀਆ ਤਰੀਕੇ ਨਾਲ ਲਾ ਦੇ। ਸੋ ਚੱਲ ਲਿਆ ਲੈ ਜੀ, ਮੁੰਡੇ ਨੇ ਮਿੰਟੋ ਮਿੰਟੀ 10 ਮਿੰਟ ਦੇ, ਕਿੰਨੇ ਟਾਈਮ 'ਚ ਚਾਬੀ ਤਿਆਰ ਕਰਤੀ ਇਹ, ਹੈਂ 7 ਕੁ ਮਿੰਟ ਜੀ, 7 ਕੁ ਮਿੰਟ। ਆ ਜਾਓ ਬਾਈ, ਆ ਜਾਓ ਬਾਈ, ਆ ਜਾਓ ਬਾਬਿਓ, ਖੜੋ ਅੱਗੇ ਟਰੈਕਟਰ ਦੇ ਜੀ, ਡਿਲੀਵਰੀ ਦੇਣ ਲੱਗੇ ਨੇ ਬੰਦੇ। ਸੋ ਆ ਜਾਓ, ਆ ਜਾਓ, ਆ ਜਾਓ, ਜਿਨ੍ਹਾਂ ਨੇ ਤਾਂ ਬਣਾਇਆ ਹੋ ਇਧਰਲੇ ਪਾਸੇ ਹੋ ਜਾਓ, ਜਿਨ੍ਹਾਂ ਨੇ ਲੈਣਾ ਹੋ ਇਧਰਲੇ ਪਾਸੇ ਹੋ ਜਾਓ, ਆ ਜਾ ਨਾਲ ਖੜੋ। ਲੋ ਬਾਈ ਜੀ ਦੇਖੀ ਇੱਧਰ ਲਵਲੀ, ਓਕੇ ਬਾਈਆਂ ਦੇ ਫੋਨ 'ਚ ਵੀ ਸਾਬੀ ਲੈ ਗਿਆ ਜਾ ਕੇ, ਠੀਕ ਆ, ਵਧੀਆ ਆ ਗਈਆਂ ਫੋਟੋਆਂ। ਹਾਂਜੀ ਵੀਰੇ, ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਦਾ ਕੈਬਨ? ਸੋ ਏਸੀ ਕੈਬਨ ਆ ਜੀ, ਉੱਪਰ ਕੰਡੈਸਰ ਲੱਗਿਆ ਹੋਇਆ ਜਿਹੜਾ, ਉੱਪਰ ਸਿਲਵਰ ਦੀ ਜਾਲੀ ਤੁਸੀਂ ਦੇਖ ਰਹੇ ਹੋ। ਸੋ ਰੰਗ ਬਹੁਤ ਸੋਹਣਾ ਹੋਇਆ ਹੋਇਆ, ਇਹ ਦੇਖ ਲਓ ਲੋਹੇ ਦੀ ਹੈ, ਸੋ ਕਿੰਨੀ ਮਿਹਨਤ ਕਰਕੇ ਇਹਨੂੰ ਸ਼ੇਪ ਦੇਣੀ ਪੈਂਦੀ ਆ। ਸੋ ਟਰੈਕਟਰ ਦੇ ਨਾਲ ਰੰਗ ਮਿਲਾਇਆ ਹੋਇਆ, ਟਰੈਕਟਰ ਨਾਲੋਂ ਜ਼ਿਆਦਾ ਕਲਰ ਆਪਣਾ ਰੂਫ ਦਾ ਜ਼ਿਆਦਾ ਸੋਹਣਾ ਲੱਗ ਰਿਹਾ। ਸੋ ਬਹੁਤ ਕੁਆਲਿਟੀ ਸੋਹਣੀ ਕੱਢੀ ਹੋਈ ਆ ਆਪਣੀ ਰੰਗ ਦੀ, ਅਤੇ ਟਰੈਕਟਰ ਵੀ ਬਹੁਤ ਸੋਹਣਾ ਲੱਗ ਰਿਹਾ ਹੈਗਾ। ਅਤੇ ਬਾਕੀ ਤੁਹਾਨੂੰ ਕਿਵੇਂ ਲੱਗੀ ਸਾਡੀ ਵੀਡੀਓ? ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ ਰਜੀਨਾ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਕਮੈਂਟ ਸਾਰੇ ਵੱਧ ਤੋਂ ਵੱਧ ਕਰ ਦਿਓ। ਅਤੇ ਬਾਈ ਉਹਨਾਂ ਦਾ ਕੰਟੈਕਟ ਨੰਬਰ ਸਕਰੀਨ 'ਤੇ ਚੱਲ ਰਿਹਾ, ਸੋ ਜਿੰਨੇ ਵੀ ਕੋਈ ਜਾਣਕਾਰੀ ਲੈਣੀ ਹੈ ਜਾਂ ਆਪਣਾ ਏਸੀ ਕੈਬਨ ਬੁੱਕ ਕਰਵਾਉਣਾ, ਸੋ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਬੁੱਕ ਕਰਵਾ ਸਕਦੇ ਹੋ। ਅਤੇ ਬਸ ਹੁਣ ਐਵੇਂ ਕਰਿਓ, ਉਸ ਤੋਂ ਬਾਅਦ ਡਰਾਉਣ ਸ਼ੋਟ ਤੁਹਾਨੂੰ ਹੋਰ ਦਿਖਾਵਾਂਗੇ, ਸੋ ਉਹ ਡਰਾਉਣ ਸ਼ੋਟ ਇੰਜੋਏ ਕਰਕੇ ਫਿਰ ਵੀਡੀਓ ਬੰਦ ਕਰਿਓ। ਥੈਂਕ ਯੂ ਜੱਟੋ ਜੀ। ਹੁਣ ਮਾੜੇ ਮੋਟੇ ਡਰਾਉਣ ਸ਼ੋਟ ਲੈ ਲਈ, ਆਪਾਂ ਨਹਿਰ ਜਾਂਦੀ ਆ ਸਰਹੰਦ ਪਹਾੜਾ, ਸੋ ਆਪਾਂ ਨਹਿਰ 'ਤੇ ਚੱਲਦੇ ਹਾਂ। ਆਇਆ ਲਵਲੀ ਤੂੰ ਮੋਟਰਸਾਈਕਲ 'ਤੇ ਆ ਜਾ, ਆਇਆ ਆਪਾਂ ਚੱਲੀਏ ਨਹਿਰ 'ਤੇ, ਵਧੀਆ ਜਿਹੇ ਸ਼ੋਟ ਸ਼ੂਟ ਜੇ ਬਣਾ ਲਈਏ, ਵਧੀਆ ਹੋ ਗਿਆ ਚੱਲ ਟਰੈਕਟਰ।